ਗੱਲ ਇਹ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪਹਿਲਾਂ ਤਾਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਹੈ ਕਿ ਜਦੋਂ ਸ਼ਰਧਾ ਦਾ ਮਾਮਲਾ ਹੋਵੇ, ਆਸਥਾ ਦਾ ਮਾਮਲਾ ਹੋਵੇ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ $20 ਇਹ ਮਾਫ਼ ਕਰ, ਕਿਉਂਕਿ ਇਹ ਜਿਹੜਾ ਲਾਂਘਾ, ਜਿੰਨੀ ਸੰਗਤ ਵੱਧ ਜਾਏਗੀ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਲ ਵੀ ਘਟੇਗੀ, ਅਮਨ ਸ਼ਾਂਤੀ ਵੀ ਵਧੇਗੀ, ਇਹਦੇ ਹੋਰ ਬਹੁਤ ਸਾਰੇ ਫਾਇਦੇ ਜਿਹੜੇ ਆ ਉਹ ਦੋਨਾਂ ਦੇਸ਼ਾਂ ਨੂੰ ਮਿਲ ਸਕਦੇ ਆ, ਜਿਹੜੇ ਕਿ $20 ਇਕੱਠੇ ਕਰਨ ਨਾਲੋਂ ਬਹੁਤ ਵੱਡੀ ਉਹਨਾਂ ਦੀ ਆਮਦਨ। ਔਰ ਦੂਜੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵੱਡੀ ਮਾਲਕ ਨੇ ਕਿਰਪਾ ਕੀਤੀ, ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਤੋਂ ਕੁਝ ਸਿੱਖਣਾ ਚਾਹੀਦਾ। ਉਹਨਾਂ ਨੇ ਤੀਰਥ ਯਾਤਰਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਵਾਸਤੇ ਟ੍ਰੇਨਾਂ ਲਾਈਆਂ ਸੀ, ਬਹੁਤ ਵੱਡਾ ਖਰਚਾ ਸੀ। ਇੱਥੋਂ ਵੀ ਰੋਪੜ ਤੋਂ ਸੰਗਤ ਹਜ਼ੂਰ ਸਾਹਿਬ ਜਾ ਕੇ ਦਰਸ਼ਨ ਕਰਕੇ ਆਈ, ਮੁਸਲਮਾਨ ਭਾਈਚਾਰਾ ਜਿਹੜੇ ਰਾਜਸਥਾਨ ਦੇ ਵਿੱਚ ਜਾ ਕੇ ਉੱਥੇ ਦਰਸ਼ਨ ਕਰਕੇ ਆਏ, ਹਰਿਦੁਆਰ ਵਾਸਤੇ ਵੀ ਟ੍ਰੇਨਾਂ ਗਈਆਂ, ਹੋਰ ਹਿੰਦੂ ਤੀਰਥ ਸਥਾਨਾਂ ਵਾਸਤੇ ਵੀ ਟ੍ਰੇਨਾਂ ਗਈਆਂ। ਬੜੀ ਅੱਛੀ ਤੀਰਥ ਯਾਤਰਾ ਦਾ ਪ੍ਰੋਗਰਾਮ ਬੜਾ ਲੰਬਾ ਸਮਾਂ ਚੱਲਿਆ, ਬਹੁਤ ਵੱਡਾ ਖਰਚਾ ਸੀ ਜਿਹਨੂੰ 100% ਸਰਕਾਰ ਫੰਡਿੰਗ ਕਰਦੀ ਸੀ, ਇਕੱਲਾ ਫੀਸ ਨਹੀਂ ਟੋਟਲੀ ਆਉਣ ਜਾਣ ਦਾ ਵੀ, ਖਾਣ ਪੀਣ ਦਾ ਵੀ, ਰਹਿਣ ਦਾ ਵੀ ਸਾਰਾ ਸਰਕਾਰ ਕਰਦੀ ਸੀ, ਕਿਉਂਕਿ ਸਰਕਾਰ ਦਾ ਬਜਟ ਵੱਡਾ ਹੁੰਦਾ। ਬਾਦਲ ਸਾਹਿਬ ਨੇ 1000 ਕਰੋੜ ਰੁਪਏ ਵਿਰਾਸਤ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਯਾਦਗਾਰਾਂ 'ਤੇ ਲਾਏ ਸੀ, ਕਦੀ ਕੋਈ ਪੈਸਾ ਉਹਨਾਂ ਤੋਂ ਇਕੱਠਾ ਨਹੀਂ ਕੀਤਾ ਸੀ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਟੀਚਰਾਂ ਨਾ ਕਰਨ, ਜਿਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਇਹ ਟੀਚਰ ਕਹਿੰਦੇ, ਇਹਨੂੰ ਟੀਚਰ ਵੀ ਜਿਹੜੀ ਸੰਸਥਾ ਦਾ 1000 ਕਰੋੜ ਦਾ ਵੀ ਬਜਟ ਨਹੀਂ ਹੈ ਉਹਨੂੰ ਤੁਸੀਂ ਟੀਚਰਾਂ ਕਰਦੇ ਹੋ, ਤੁਹਾਡਾ 1.5 ਲੱਖ ਕਰੋੜ ਤੋਂ ਵੱਧ ਦਾ ਬਜਟ ਹੈ ਔਰ ਤੁਸੀਂ ਉਹਦੇ 'ਚ ਇੱਕ ਪੈਸਾ ਲਾਉਣ ਨੂੰ ਤਿਆਰ ਨਹੀਂ। ਜੇ ਬੇਨਤੀ ਕਰਨੀ ਹੈ ਤਾਂ ਕੇਂਦਰ ਸਰਕਾਰ ਨੂੰ ਕਰਨ, ਜਿਹਨਾਂ ਨੂੰ ਕਰਨੀ ਬਣਦੀ, ਜਾਂ ਆਪਣੇ ਸਾਧਨ ਦੇਣ। SGPC ਨੇ ਕੀ ਕਰਨਾ ਉਹ ਆਪਣਾ ਫੈਸਲਾ ਲੈਣਗੇ, ਪਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਹਾਸੋ ਹੀ ਨੇ, ਇਹ ਮੁੱਖ ਮੰਤਰੀ ਦੀ ਜ਼ਬਾਨ ਤੋਂ ਸ਼ੋਭਾ ਨਹੀਂ ਦਿੰਦੇ ਕਿ ਆਪ ਜ਼ਿੰਮੇਵਾਰੀ ਲੈਣ ਦੀ ਬਜਾਏ ਜੋ ਮਰਜ਼ੀ ਬਿਆਨਬਾਜ਼ੀ ਕਰੀ ਜਾਓ ਇਹਨਾਂ ਗੱਲਾਂ ਦੇ ਉੱਤੇ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਹਿਣਾ ਕੀ ਚਾਹੁੰਦੇ ਆ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਰਿਹਾ ਸੀ ਤਾਂ ਸਾਰਾ ਹੀ ਉਹਨਾਂ ਦਾ ਜਿਹੜਾ ਉਦਣ ਦਾ ਮੋਦੀ ਸਾਹਿਬ ਦੀ ਹਾਜ਼ਰੀ 'ਚ ਬਿਆਨ ਆ, ਉਹ ਪਾਕਿਸਤਾਨ ਦੇ ਉਲਟ ਸੀ, ਮਾਹੌਲ ਖਰਾਬ ਕਰਨ ਵਾਲਾ ਸੀ। ISI ਦਾ ਉਹਨੂੰ ਸਾਰਾ ਪੇਸ਼ ਕੀਤਾ ਗਿਆ ਕਿ ਇਸ ਲਾਂਘੇ ਦਾ ਫਾਇਦਾ ਹੀ ਕੋਈ ਨਹੀਂ ਹੋਣਾ, ਇਹ ISI ਵਰਤੂਗੀ। ਹੁਣ ਥੋੜ੍ਹੇ ਦਿਨਾਂ ਬਾਅਦ ਪਤਾ ਨਹੀਂ ਕੀ ਸੁਪਨਾ ਆਇਆ, ਕਹਿੰਦੇ ਜੀ ਬਾਕੀ ਲਾਂਘੇ ਵੀ ਖੋਲ੍ਹੋ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਦਿਮਾਗ 'ਚ ਘਰ ਬੈਠ ਕੇ ਆਪ ਤੋਂ ਸੋਚ ਕੇ ਫੈਸਲਾ ਕਰਨ ਵੀ ਤੁਹਾਡੇ ਮਨ ਦੇ ਵਿੱਚ ਕੀ ਆ। ਜਿਹੜਾ ਲਾਂਘਾ ਖੁੱਲ੍ਹਿਆ ਸੀ ਉਹਨੂੰ ਤੁਸੀਂ ISI ਦਾ ਦੇ ਤਾ, ਫਿਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਹਿ ਤਾ ਕਿ ਹੁਣ ਹੋਰ ਵੀ ਲਾਂਘੇ ਖੋਲ੍ਹੋ, ਅਤੇ ਫਿਰ ਪਹਿਲਾਂ ਤੁਹਾਡੇ ਬਿਆਨ ਦਾ ਕੀ ਕਰੀਏ ਜਿਹੜਾ ਤੁਸੀਂ ਪਹਿਲਾਂ ਐਡਾ ਵੱਡਾ ਬਿਆਨ ਦੇ ਤਾ। ਇਸ ਕਰਕੇ ਐਵੇਂ ਜਿਹੜੀਆਂ ਨੋਨ ਸੀਰੀਅਸਲੀ ਗੱਲਾਂ ਇਸ ਵੱਡੇ ਅਹੁਦੇ ਦੇ ਉੱਤੇ ਬੈਠ ਕੇ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦੀਆਂ। ਜੇ ਕੋਈ ਕਰ ਸਕਦੇ ਆ ਸੰਗਤ ਦਾ ਕਰਨ, ਨਹੀਂ ਤਾਂ ਇਹੋ ਜਿਹੀਆਂ ਜਿਹੜੀਆਂ ਹਾਸੋ ਹੀਣੀਆਂ ਗੱਲਾਂ ਉਹ ਨਾ। ਇੱਕ ਬੰਦੀ ਸਿੰਘਾਂ ਨੂੰ ਜਿਹੜਾ ਹੈਗਾ ਕੁਝ ਰਿਹਾਅ ਕੀਤਾ ਗਿਆ, ਪਰੰਤੂ ਹਾਲੇ ਵੀ ਕਾਫੀ ਸਿੰਘ ਜਿਹੜੇ ਹੈਗੇ ਆ ਜੇਲ੍ਹਾਂ ਦੇ ਵਿੱਚ ਬੰਦ ਨੇ, ਸਜ਼ਾ ਪੂਰੀਆਂ ਹੋ ਚੁੱਕੀਆਂ ਉਹਨਾਂ ਦੀ। ਦੇਖੋ 1% ਵੀ ਕੋਈ ਇਹੋ ਜਿਹਾ ਨਹੀਂ ਰਹਿਣਾ ਚਾਹੀਦਾ ਕਿ ਜਿਹਦੀ ਸਜ਼ਾ ਪੂਰੀ ਹੋਵੇ ਉਹ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਇਹ ਹਿਊਮਨ ਰਾਈਟਸ ਦਾ ਮਸਲਾ, ਅਸੀਂ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦੇ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਹੁਣ ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਉਹਦੇ 'ਚ ਕਾਫੀ ਉਹ ਲੋਕ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਹੁਤ ਸਾਲ ਵੱਧ ਸਜ਼ਾ ਕੱਟਦੀ ਸੀ ਉਹ ਇਹਦੇ 'ਚ ਰਿਹਾ ਹੁਣ ਜਾ ਰਹੇ ਆ, ਕੁਝ ਲੋਕ ਰੁਕੇ ਵੀ ਡਾ ਰਹੇ ਆ। ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਹਰ ਇੱਕ ਦਾ ਇੱਕ, ਜੇ ਕੈਦੀ ਵੀ ਆਇਆ ਤਾਂ ਉਹਦਾ ਵੀ ਬੁਨਿਆਦੀ ਹੱਕ ਆ ਕਿ ਜਦੋਂ ਉਹਨੇ ਸਜ਼ਾ ਕੱਟ ਲਈ ਆ ਉਹਨੂੰ ਘਰ ਜਾਣ ਦਾ ਹੱਕ ਹੁੰਦਾ। ਇਸ ਕਰਕੇ ਹੁਣ ਕੋਈ ਵੀ ਇਹਦੇ 'ਤੇ ਉਹੋ ਜਿਹੀ ਗੱਲ ਨਾ ਕਰੇ, ਇਹ ਇੱਕ ਚੰਗਾ ਇਨੀਸ਼ੀਏਟਿਵ ਹੈ, 550 ਸਾਲ ਦੇ ਪੁਰਬ ਦੇ ਉੱਤੇ ਲਿਆ ਗਿਆ ਔਰ ਇਹ ਛੇਤੀ ਲਾਗੂ ਹੋਣਾ ਚਾਹੀਦਾ। ਰਵਨੀਤ ਬਿੱਟੂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਵੱਲੋਂ, ਹੁਣ ਉਹਨਾਂ ਦਾ ਵਿਰੋਧ ਬਣਦਾ। ਜਿਸ ਭਾਈ ਰਾਜੂ ਉਹਨਾਂ ਦਾ ਵਿਰੋਧ ਕਰਦੇ ਆ, ਉਹਨੇ ਬਿਨਾਂ ਪਰੋਲ ਤੋਂ 24 ਸਾਲ ਸਜ਼ਾ ਕੱਟ ਲਈ ਜਿਹੜੀ 30 ਸਾਲ ਦੇ ਬਰਾਬਰ ਬਣਦਾ। ਹੁਣ 14 ਸਾਲ ਅਤੇ ਬਾਕੀ ਵੀ ਕੈਦੀ ਜਿਹੜੇ ਉਮਰ ਕੈਦ ਕੱਟਣ ਵਾਲੇ ਉਹ ਕੱਟ ਕੇ ਘਰ ਆ ਜਾਂਦੇ, ਅਤੇ ਜਿਹਨੇ 30 ਕੱਟ ਲਈ ਆ ਉਹਦਾ ਹਾਲੇ ਵੀ ਤੁਸੀਂ ਕਦੇ ਵਾਸਤੇ ਵਿਰੋਧ ਕਰ ਸਕਦੇ? ਜੇ ਤੁਹਾਨੂੰ ਸਜ਼ਾ ਨਹੀਂ ਮਿਲੀ ਤਾਂ ਫਿਰ ਉਹਨਾਂ ਦੇ ਪਰਿਵਾਰ ਦਾ ਰੋਸ ਹੋ ਸਕਦਾ, ਸਜ਼ਾ ਨਾਲੋਂ ਦੁੱਗਣੀ ਸਜ਼ਾ ਬੰਦਾ ਕੱਟ ਲਈ, ਫਿਰ ਕਿਸ ਬਾਤ ਦਾ ਰੋਣਾ? ਸਿਰਫ ਸਿਆਸੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਜਿਹੜੀ ਹੈ ਬੁਨਿਆਦੀ ਹੱਕ ਸਾਰਿਆਂ ਦੇ ਹੁੰਦੇ ਆ। ਇਸ ਕਰਕੇ ਹਰ ਇੱਕ ਨੂੰ ਹੱਕ ਹੈ ਕਿ ਉਹ ਮੇਨ ਸਟ੍ਰੀਮ 'ਚ ਆ ਕੇ ਦੁਬਾਰਾ ਚੰਗੇ ਜੀਵਨ ਜਿਉ ਸਕੇ, ਉਸ ਪਾਸੇ ਵੀ ਕੋਈ ਪੋਜ਼ਿਟਿਵ ਵੀ ਸੋਚਣਾ ਚਾਹੀਦਾ। ਵਿੱਚ ਕਾਂਗਰਸ ਵੱਲੋਂ BJP ਦੇ ਖਿਲਾਫ ਜਾ ਕੇ ਰੈਲੀ ਕੱਢੀ ਗਈ, ਮਹਿੰਗਾਈ ਬਹੁਤ ਵੱਧ ਗਈ, BJP ਦੇ ਰਾਜ ਦੇ ਵਿੱਚ ਅੱਜ ਰੋਸ ਰੈਲੀ ਕੱਢੀ ਗਈ ਹੈ। ਪਹਿਲਾਂ ਜਾਖੜ ਸਾਹਿਬ ਅਤੇ ਕੈਪਟਨ ਸਾਹਿਬ ਜਿਹੜਾ 15-16 ਵਾਰੀ ਬਿਜਲੀ ਦਾ ਬਿੱਲ ਆਪਣਾ ਵੱਧ ਗਿਆ, ਉਹਦਾ ਤਾਂ ਬੈਠ ਕੇ ਲੋਕਾਂ ਨੂੰ ਦੱਸ ਦੇਣ ਵੀ ਇਹ ਕਿਉਂ ਵਧਿਆ। ਇਹ ਹੈ ਕਿ ਸਾਡੇ 'ਤੇ ਕੋਈ ਉਂਗਲ ਨਾ ਕਰੇ, ਇਸ ਕਰਕੇ ਤੁਸੀਂ ਦੂਜਿਆਂ 'ਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿਓ। ਇੱਥੇ ਕੀ ਕੀਤਾ ਪੰਜਾਬ ਦੇ ਵਿੱਚ ਤੁਸੀਂ? ਜਿੰਨੀਆਂ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਸੀ ਉਹ ਵਿਟਰਾ ਹੋ ਗਈਆਂ, ਬਿੱਲ ਵੱਧ ਗਏ, ਪ੍ਰੋਫੈਸ਼ਨਲ ਟੈਕਸ ਲੋਕਾਂ 'ਤੇ ਲੱਗ ਗਿਆ। ਪਹਿਲਾਂ ਇਹ ਤਾਂ ਦੱਸਣ ਜਾਖੜ ਸਾਹਿਬ 'ਤੇ ਦੋਨੇ ਬੈਠ ਕੇ ਵੀ ਇਹ ਕਿਉਂ ਹੋਇਆ।